ਅਕੈਡਮੀ ਚੈਨਲ ਦੇਖ ਰਹੇ ਸਾਰੇ ਹੀ ਵਿਦਿਆਰਥੀਆਂ ਦਾ ਤੇ ਮਿਹਨਤ ਕਾ ਲੋਕਾਂ ਦਾ ਧੰਨਵਾਦ ਸਾਨੂੰ ਤੁਸੀਂ ਬਹੁਤ ਹੀ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਸਾਡਾ ਚੈਨਲ ਲਾਈਵ ਸ਼ੇਅਰ ਤੇ ਸਬਸਕ੍ਰਾਈਬ ਕਰੋ ਨੋਟਸਾਂ ਦੀ ਪ੍ਰਾਪਤੀ ਦੇ ਲਈ ਟੈਲੀਗ੍ਰਾਮ ਲਿੰਕ ਜੁਆਇਨ ਕਰੋ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਸੋ ਆਓ ਆਪਾਂ ਆਪਣਾ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਟੌਪਿਕ ਹੈਗਾ ਵਰਦਨ ਬੰਸ਼ ਜਾਂ ਪੂਸ਼ਯਾ ਪੂਤੀ ਵੰਸ਼ ਰਾਜਾ ਹੈਗਾ ਹਰਸ਼ਵਰਧਨ 606 ਈਸਵੀ ਤੋਂ 647 ਈਸਵੀ ਦਾ ਟਾਈਮ ਹੈ ਇਸ ਵੰਸ਼ ਦਾ ਜਿਹੜਾ ਸੰਸਥਾਪਕ ਹੈ ਉਹ ਪੂਸ਼ਿਆਪੂਤੀ ਹੈ ਜਿਹਦਾ ਨਾਮ ਹੈ ਨਰਵਰਧਨ ਇਸੇ ਕਰਕੇ ਇਸ ਵੰਸ਼ ਨੂੰ ਜਿਹੜਾ ਹੈਗਾ ਪੂਸ਼ਿਆਪੂਤੀ ਵੰਸ਼ ਵੀ ਕਿਹਾ ਜਾਂਦਾ ਹੈ ਇਹਨਾਂ ਦੀ ਰਾਜਧਾਨੀ ਜਿਹੜੀ ਸੀਗੀ ਥਾਨੇਸ਼ਵਰ ਸੀ ਸਤੰਤਰ ਸ਼ਾਸਕ ਜਿਹੜਾ ਪ੍ਰਵਕਰਵਰਧਨ ਆ ਉਹ 580 ਤੋਂ 604 ਈਸਵੀ ਤੱਕ ਜਿਹੜਾ ਹੈਗਾ ਰਾਜ ਕਰਦਾ ਹੈ ਜਿਹੜਾ ਯਾਨੀ ਕਿ ਪੂਸ਼ਯਪੁੱਤੀ ਹੈ ਜਾਂ ਨਰਵਰਦਨ ਆ ਉਹ ਸੁਤੰਤਰ ਸ਼ਾਸਕ ਨਹੀਂ ਇਹਦਾ ਸੁਤੰਤਰ ਸ਼ਾਸਕ ਹੈ ਜਿਹੜਾ ਪ੍ਰਵਕਰਵਰਦਨ ਹੈ ਜਿਹੜਾ 580 ਤੋਂ ਲੈ ਕੇ 604 ਈਸਵੀ ਤੱਕ ਰਾਜ ਕਰਦਾ ਇਸਨੇ ਕੀ ਕੀਤਾ ਹੈ ਪ੍ਰਵਕਰਵਰਦਨ ਨੇ ਮਹਾਰਾਜਾ ਤਰਾਜ ਦੀ ਉਪਾਧੀ ਧਾਰਨ ਕੀਤੀ ਹੈ ਇਹ ਹਰਸ਼ਵਰਦਨ ਦਾ ਪਿਤਾ ਸੀ ਤੇ ਹਰਸ਼ ਦੀ ਮਾਤਾ ਦਾ ਨਾਮ ਹੈ ਜਿਹੜਾ ਉਹ ਜਯਸ਼ੋਦਾ ਸੀ ਯਾਦ ਰੱਖਣ ਵਾਲਾ ਪੁਆਇੰਟ ਹੈ ਹਰਸ਼ਵਰਧਨ ਦੇ ਪਿਤਾ ਦਾ ਨਾਮ ਪ੍ਰਵਕਰਵਰਧਨ ਸੀ 580 ਤੋਂ 604 ਈਸਵੀ ਉਸਨੇ ਰਾਜ ਕੀਤਾ ਹੈ ਤੇ ਉਸ ਦੀ ਮਾਤਾ ਦਾ ਨਾਮ ਜਯਸ਼ੋਦਾ ਸੀ ਹਰਸ਼ਵਰਧਨ ਨੇ ਜਯਸ਼ੋਦਾ ਦਰਮਨ ਦੀ ਪੁੱਤਰੀ ਨਾਲ ਜਿਹੜਾ ਹੈਗਾ ਵਿਆਹ ਕਰਵਾਇਆ ਯਸ਼ੋਧਰਮਨ ਦੀ ਪੁੱਤਰੀ ਦੇ ਨਾਲ ਹਰਸ਼ਵਰਧਨ ਵਿਆਹ ਕਰਵਾਉਂਦਾ ਹੈ 605 ਈਸਵੀ ਦੇ ਵਿੱਚ ਰਾਜਵਰਧਨ ਜਿਹੜਾ ਹਰਸ਼ਵਰਧਨ ਦਾ ਵੱਡਾ ਭਰਾ ਗੱਦੀ ਤੇ ਬੈਠਦਾ ਹੁੰਦਾ ਕਿ ਜਦੋਂ 605 ਈਸਵੀ ਦੇ ਵਿੱਚ 604 ਈਸਵੀ ਦੇ ਵਿੱਚ ਭ੍ਰੋਕਰਵਰਧਨ ਦੀ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਚ ਜਿਹੜਾ ਹੈਗਾ ਰਾਜਵਰਧਨ ਹੈ ਜਿਹੜਾ 604 ਦੇ ਅੰਡ ਵਿੱਚ ਮੌਤ ਹੁੰਦੀ ਹੈ ਭ੍ਰੋਕਰਵਰਧਨ ਦੀ ਤਾਂ 605 ਦੀ ਸਟਾਰਟਿੰਗ ਦੇ ਵਿੱਚ ਜਿਹੜਾ ਹੈਗਾ ਰਾਜਵਰਧਨ ਉਹ ਰਾਜਗੱਦੀ ਤੇ ਬੈਠਦਾ ਹੈ ਤੇ ਪੂਰਬੀ ਮਾਲਵੇ ਦੇ ਰਾਜੇ ਹੈ ਜਿਹੜਾ ਦੇਵਗੁਪਤ ਇੱਕ ਦਾ ਨਾਮ ਜਿਨ੍ਹਾਂ ਨੇ ਕੀ ਕੀਤਾ ਹਰਸ਼ ਦੀ ਭੈਣ ਹੈ ਜਿਹੜੀ ਹਰਸ਼ਵਰਧਨ ਦੇ ਤੇ ਰਾਜਵਰਧਨ ਦੀ ਭੈਣ ਹੈ ਜਿਹਦਾ ਨਾਮ ਹੈਗਾ ਰਾਜਸ਼ਰੀ ਉਹਨੂੰ ਕੈਦ ਕਰ ਲੈਂਦੇ ਆ ਠੀਕ ਹੈ ਜੀ ਇਸੇ ਗੱਦੀ ਤੇ ਬੈਠਣ ਤੋਂ ਬਾਅਦ ਚ ਉਸਦੇ ਲਗਭਗ ਸਾਲ 6 ਮਹੀਨਿਆਂ ਦੇ ਅੰਦਰ ਅੰਦਰ ਇਹ ਘਟਨਾ ਵਾਪਰਦੀ ਹੈ ਤੇ ਜਵਾਈ ਹੈ ਜਿਹੜਾ ਗ੍ਰਹਿ ਵਰਮਣ ਜਿਹਦਾ ਨਾਮ ਹੈ ਜਿਹੜਾ ਹਰਸ਼ਵਰਧਨ ਤੇ ਰਾਜਵਰਧਨ ਦਾ ਜਿਹੜਾ ਜਵਾਈ ਹੈ ਭਾ ਉਹਨਾਂ ਦੀ ਭੈਣ ਦੇ ਘਰ ਵਾਲਾ ਉਹਨਾਂ ਦਾ ਉਹਦਾ ਜਿਹੜਾ ਪਤੀ ਹੈ ਤਾਂ ਉਹਨੂੰ ਕਤਲ ਕੀਤਾ ਜਾਂਦਾ ਹੈ ਇਹ ਘਟਨਾ ਜਿਹੜੀ ਬਹੁਤ ਮਹੱਤਵਪੂਰਨ ਮੋੜ ਲੈ ਕੇ ਆਉਂਦੀ ਹੈ ਖਾਸ ਕਰਕੇ ਹਰਸ਼ਨ ਦੀ ਹਰਸ਼ਵਰਧਨ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਤਾਂ ਹੁੰਦਾ ਕੀ ਹੈ ਜੀ ਜਿਹੜਾ ਰਾਜਵਰਧਨ ਹੈ ਇਸ ਦੀ ਉਹਦਾ ਬਦਲਾ ਲੈਣ ਦੇ ਲਈ ਕਿਉਂਕਿ ਰਾਜਵਰਧਨ ਉਹਦਾ ਰਾਜਾ ਹੈ ਤੇ ਉਸ ਦੀ ਭੈਣ ਹੈ ਜਿਹੜੀ ਉਹਦੇ ਘਰ ਵਾਲੇ ਦਾ ਕਤਲ ਕੀਤਾ ਜਾਂਦਾ ਤੇ ਉਹਨੂੰ ਕੈਦ ਕੀਤਾ ਜਾਂਦਾ ਉਸ ਦੀ ਭੈਣ ਨੂੰ ਤਾਂ ਰਾਜਵਰਧਨ ਕੀ ਕਰਦਾ ਉਹਦਾ ਬਦਲਾ ਲੈਣ ਲਈ ਜਿਹੜਾ ਹੈਗਾ ਚਲਾਇਆ ਜਾਂਦਾ ਪਰ ਕੀ ਹੁੰਦਾ ਗੋੜ ਦਾ ਇਲਾਕਾ ਜਿਹੜਾ ਪੱਛਮ ਬੰਗਾਲ ਦਾ ਉੱਥੋਂ ਦੇ ਰਾਜੇ ਹੈ ਜਿਹੜਾ ਰਾਜਾ ਸ਼ੰਸ਼ਾਂਕ ਹੈ ਇੱਕ ਰਾਜਾ ਹੋਰ ਹੈ ਇੱਕ ਇਥੇ ਪਾਤਰ ਹੋਰ ਐਂਟਰ ਹੁੰਦਾ ਕਹਾਣੀ ਦੇ ਵਿੱਚ ਜਿਹਦਾ ਨਾਮ ਹੈਗਾ ਸ਼ਸ਼ਾਂਕ ਉਹਨੇ ਕੀ ਕੀਤਾ ਉਹ ਦੇਵਗੁਪਤ ਦਾ ਮਿੱਤਰ ਸੀ ਦੇਵਗੁਪਤ ਕੌਣ ਸੀ ਜਿਨੇ ਹਰਸ਼ ਦੀ ਭੈਣ ਨੂੰ ਕੈਦ ਕੀਤਾ ਸੀ ਤਾਂ ਉਹ ਉਹ ਮਿੱਤਰ ਕਰਕੇ ਸਾਜ਼ਿਸ਼ ਦੇ ਨਾਲ ਜਿਹੜਾ ਹੈਗਾ ਰਾਜਵਰਦਨ ਨੂੰ ਕਤਲ ਕਰ ਦਿੰਦਾ ਉਹਨੂੰ ਭਰੋਸੇ 'ਚ ਲੈ ਕੇ ਕੀ ਹੈ ਕਿ ਉਸ ਦੀ ਸਹਾਇਤਾ ਕਰੇਗਾ ਤਾਂ ਇਸੇ ਤਰ੍ਹਾਂ ਉਹਦੇ ਨਾਲ ਜਿਹੜਾ ਹੈਗਾ ਚਾਲ ਸਾਜੀ ਕਰਕੇ ਤੇ ਜਿਹੜਾ ਉਹਦਾ ਕਤਲ ਕੀਤਾ ਜਾਂਦਾ ਰਾਜਵਰਦਨ ਦਾ ਜਦੋਂ ਰਾਜਵਰਦਨ ਦਾ ਕਤਲ ਹੁੰਦਾ ਤਾਂ ਇੱਕੋ ਇੱਕ ਜਿਹੜਾ ਉਹਦਾ ਭਰਾ ਹਰਸ਼ਵਰਦਨ ਜਿਹੜਾ ਤੇ ਉਸ ਤੋਂ ਛੋਟਾ ਸੀਗਾ ਤਾਂ ਜਿਹੜਾ ਹੈਗਾ ਉਹ 606 ਈਸਵੀ ਦੇ ਵਿੱਚ ਸੋ ਕੇਵਲ 16 ਸਾਲ ਦੀ ਉਮਰ ਵਿੱਚ ਜਿਹੜਾ ਹੈਗਾ ਥਾਨੇਸ਼ਵਰ ਜਿਹੜੀ ਹੈਗੀ ਆ ਥਾਨੇਸਰ ਉਹਦੀ ਰਾਜਧਾਨੀ ਤੇ ਜਿਹੜਾ ਹੈਗਾ ਰਾਜਧਾਨੀ ਦੀ ਵਿੱਚ ਗੱਦੀ ਤੇ ਬੈਠਦਾ ਇੱਥੇ ਥਾਣੇਦਾਰ ਲਿਖਿਆ ਗਿਆ ਇੱਥੇ ਤੁਸੀਂ ਥਾਨੇ ਥਾਨੇਸ਼ਵਰ ਜਾਂ ਥਾਨੇਸਰ ਕਰ ਲਿਓ ਠੀਕ ਹੈ ਜੀ ਥਾਨੇਸਰ ਦੀ ਗੱਦੀ ਤੇ ਬੈਠ ਤਾ ਹਰਸ਼ ਕੀ ਕਰਦਾ ਹਰਸ਼ ਨੇ ਸ਼ਸ਼ਾਂਕ ਤੋਂ ਬਦਲਾ ਲੈਣ ਦੇ ਲਈ ਕਨੌਜ ਤੇ ਹਮਲਾ ਕਰਦਾ ਸਭ ਤੋਂ ਪਹਿਲੀ ਕਾਰਵਾਈ ਕੀ ਹੁੰਦੀ ਆ ਉਹਦੀ ਕਿ ਉਹ ਸ਼ਸ਼ਾਂਕ ਤੋਂ ਬਦਲਾ ਲੈਣ ਦੇ ਲਈ ਕਨੌਜ ਦੇ ਉੱਪਰ ਹਮਲਾ ਕਰਦਾ ਤੇ ਆਪਣੀ ਭੈਣ ਜਿਹੜੀ ਰਾਜਸ਼ਰੀ ਹੈ ਉਹਨੂੰ ਸਤੀ ਹੋਣ ਤੋਂ ਬਚਾ ਲੈਂਦਾ ਕਿਉਂਕਿ ਜਦੋਂ ਕਤਲ ਕੀਤਾ ਜਾਂਦਾ ਹੈ ਜਿਹੜਾ ਹੈਗਾ ਉਸਦਾ ਪਤੀ ਤਾਂ ਉਹ ਸਤੀ ਹੋਣ ਵਾਲੀ ਹੀ ਹੁੰਦੀ ਹੈ ਤੇ ਉਦੋਂ ਉਹ ਜਿਹੜਾ ਹੈਗਾ ਹਰਸ਼ ਉੱਥੇ ਜਾ ਕੇ ਕਨੌਜ ਤੇ ਹਮਲਾ ਕਰਕੇ ਕਨੌਜ ਨੂੰ ਜਿੱਤ ਕੇ ਜਿਹੜਾ ਸਤੀ ਹੋਣ ਤੋਂ ਆਪਦੀ ਭੈਣ ਨੂੰ ਬਚਾ ਲੈਂਦਾ ਸ਼ਸ਼ਾਂਕ ਆ ਜਿਹੜਾ ਉਹ ਕੀ ਕਰਦਾ ਗਯਾ ਦਾ ਬੋਧੀ ਰੁਖ ਉਹਨੇ ਕਟਵਾਇਆ ਸੀਗਾ ਇੱਕ ਉਹਦਾ ਹੋਰ ਜਿਹੜਾ ਵੱਡਾ ਭਾਵ ਕੀ ਹੈ ਦਸ਼ਮਣੀ ਦਾ ਕਾਰਨ ਕੀ ਸੀ ਉਹਨੇ ਗਯਾ ਦੇ ਵਿੱਚ ਬੋਧੀ ਰੁਖ ਕਟਵਾਤਾ ਸੀ ਕਈ ਵਾਰ ਸਿੱਧਾ ਕੁਐਸਚਨ ਆ ਜਾਂਦਾ ਬੋਧੀ ਰੁਖ ਕਿਸ ਨੇ ਕਟਵਾਇਆ ਠੀਕ ਹੈ ਜੀ ਪ੍ਰਾਚੀਨ ਭਾਰਤ ਦੇ ਵਿੱਚ ਤਾਂ ਉਹ ਸ਼ਸ਼ਾਂਕ ਸੀ ਇਹਨੇ ਬੋਧੀ ਰੁਖ ਕਟਵਾਇਆ ਸੀ ਜਿਹੜਾ ਹਰਸ਼ ਹੈ ਉਹ ਸਰਪ੍ਰਸਤ ਦਾ ਬੁੱਧ ਧਰਮ ਦਾ ਉਹ ਬੁੱਧ ਧਰਮ ਨੂੰ ਮੰਨਣ ਵਾਲਾ ਹੈ ਤਾਂ ਇਸੇ ਕਰਕੇ ਜਿਹੜਾ ਹੈਗਾ ਇਹਨਾਂ ਦੇ ਵਿੱਚ ਇਹ ਵੀ ਇੱਕ ਦਸ਼ਮਣੀ ਦਾ ਪੁਆਇੰਟ ਹੁੰਦਾ ਹੈ ਅੱਗੇ ਹੈਗਾ ਜੀ ਕਨੌਜ ਜਿਹੜਾ ਕਨੌਜ ਐ ਕਨੌਜ ਨੂੰ ਥਾਣੇਸ਼ਵਰ ਵਿੱਚ ਸ਼ਾਮਲ ਕਰ ਲਿਆ ਜਾਂਦਾ ਜਿੱਤਨ ਤੋਂ ਬਾਅਦ ਤੇ ਆਪਦੀ ਭੈਣ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਹਰਸ਼ਵਰਧਨ ਦੀ ਜਿਹੜੀ ਇਹ ਕਾਰਵਾਈ ਹੁੰਦੀ ਐ ਕਨੌਜ ਦੇ ਉੱਪਰ ਹਰਸ਼ ਕੀ ਐ 606 ਤੋਂ 612 ਇਸ ਵੀ ਤੱਕ ਪੰਜਾਬ ਕਨੌਜ ਬੰਗਾਲ ਵਿਹਾਰ ਦੇ ਤੇ ਓਡੀਸ਼ਾ ਦੇ ਇਲਾਕਿਆਂ ਨੂੰ ਜਿੱਤ ਲੈਂਦਾ ਹਰਸ਼ਵਰਧਨ 606 ਤੋਂ 612 ਇਸ ਵਿਸ਼ੇਸ਼ ਸਾਲਾਂ ਦੇ ਵਿੱਚ ਪੰਜਾਬ ਕਨੌਜ ਬੰਗਾਲ ਬਿਹਾਰ ਤੇ ਉੜੀਸਾ ਨੂੰ ਜਿੱਤ ਲੈਂਦਾ ਹੈ ਇਹਦੀਆਂ ਮਹੱਤਵਪੂਰਨ ਜਿੱਤਾਂ ਜਿਹਦੇ ਨਾਲ ਜਿਹੜਾ ਸਾਮਰਾਜ ਹੈ ਇਹ ਬਹੁਤ ਵਿਸ਼ਾਲ ਹੋ ਜਾਂਦਾ ਵਰਦਨ ਸਾਮਰਾਜ ਹੈ ਜਿਹੜਾ ਅੱਗੇ ਹੈਗਾ ਜੀ ਹਰਸ਼ ਨੇ ਆਪਣੀ ਪੁੱਤਰੀ ਦਾ ਵਿਆਹ ਤਰਫसेन ਦੂਜੇ ਨਾਲ ਕੀਤਾ ਹੁਣ ਜਿਹੜਾ ਤਰਫसेन ਦੂਜਾ ਹੈ ਇਹ ਦੱਖਣੀ ਭਾਰਤ ਦਾ ਰਾਜਾ ਹੈ ਇਹਦੇ ਨਾਲ ਜਿਹੜਾ ਹੈਗਾ ਉਹ ਆਪਣੀ ਪੁੱਤਰੀ ਦਾ ਕੀ ਕਰਦਾ ਵਿਆਹ ਕਰ ਦਿੰਦਾ ਅੱਗੇ ਜਾ ਕੇ ਕੀ ਹੁੰਦਾਗਾ ਜਿਹੜਾ ਨਰਮਦਾ ਨਦੀ ਹੈ ਉਹਦੇ ਕੰਡੇ ਤੇ ਹਰਸ਼ਵਰਧਨ ਨੇ ਜਿਹੜਾ ਹੈਗਾ ਚਾਲਕੀਆ ਵੰਸ਼ ਦੇ ਪਲਕੇਸ਼ਨ ਦੂਜਾ ਜਿਹੜਾ ਉਹਦੇ ਨਾਲ ਜੁਦ ਹੁੰਦਾ ਹੈ ਘਟਨਾ ਕੀ ਵਾਪਰਦੀ ਹੈ ਕਿ ਜਦੋਂ ਇਹ ਜਿਹੜਾ ਹੈਗਾ ਆਪਾਂ ਇੱਥੇ ਪਿੱਛੇ ਪੜਿਆ ਕਿ ਤ੍ਰਉਹसेन ਦੂਜੇ ਦੇ ਨਾਲ ਵਿਆਹ ਕਰਦਾ ਹੈ ਤਾਂ ਉਸ ਤੋਂ ਬਾਅਦ ਚ ਜਿਹੜਾ ਹੈਗਾ ਇਹ ਨਰਮਦਾ ਨਦੀ ਦੇ ਕੰਢੇ ਤੇ ਹਰਸ਼ਵਰਧਨ ਜਿਹੜਾ ਹੈਗਾ ਆਪਦੀ ਫੌਜ ਲੈ ਕੇ ਇੱਥੇ ਅਟੈਕ ਕਰਦਾ ਜਿਦੇ ਵਿੱਚ ਇਹਦੀ ਟੱਕਰ ਹੁੰਦੀ ਹੈ ਚਾਲੁਕੀਆ ਵੰਸ਼ ਦੇ ਰਾਜੇ ਪੁਲਕੇਸ਼ਨ ਦੂਜੇ ਨਾਲ ਠੀਕ ਹੈ ਜੀ ਹੁੰਦਾ ਕੀ ਹੈ ਹਰਸ਼ਵਰਧਨ ਨੂੰ ਇੱਥੇ ਹਾਰ ਦਾ ਸਾਹਮਣਾ ਕਰਨਾ ਪੈਂਦਾ ਇਹ ਉਸਦੀ ਪਹਿਲੀ ਹਾਰ ਸੀ ਪਹਿਲੀ ਤੇ ਆਖਰੀ ਹਾਰ ਹੈ ਉਹਦੀ ਇਹ ਜਿਹੜੀ ਹੈਗੀ ਹੈ ਨਰਮਦਾ ਨਦੀ ਦੇ ਕੰਡੇ ਤੇ ਹੁੰਦੀ ਹੈ ਚਾਲਕੀਆ ਵੰਸ਼ ਦੇ ਲੋਕੇਸ਼ਨ ਦੂਜੇ ਤੋਂ ਪਰਮੇਸ਼ਵਰ ਦੀ ਉਪਾਦੀ ਧਾਰਨ ਕਰਦਾ ਹੈ ਲੋਕੇਸ਼ਨ ਦੂਜਾ ਇਹ ਬਹੁਤ ਵਾਰ ਡਾਇਰੈਕਟਲੀ ਕੁਐਸਚਨ ਆਇਆ ਹੋਇਆ ਹੈ ਪੇਪਰਾਂ ਦੇ ਵਿੱਚ ਸਾਰੇ ਟਾਈਪ ਤੇ ਸੀਟੈਟ ਪੀਟੈਟ ਮਾਸਟਰ ਕੈਡਰ ਕਿ ਜਿਹੜਾ ਹੈਗਾ ਹਰਸ਼ਵਰਧਨ ਨੂੰ ਕਿਸ ਨੇ ਹਰਾਇਆ ਠੀਕ ਹੈ ਪੁਲਕੇਸ਼ਨ ਦੂਜੇ ਨੇ ਨਦੀ ਵੀ ਪੁੱਛ ਲੈਂਦੇ ਆ ਕਿਹੜੀ ਨਦੀ ਸੀ ਨਰਮਦਾ ਨਦੀ ਹਰਾਇਆ ਕਿਨੇ ਆ ਪੁਲਕੇਸ਼ਨ ਦੂਜੇ ਨੇ ਕਿਹੜੇ ਵੰਸ਼ ਨਾਲ ਸੰਬੰਧ ਰੱਖਦਾ ਸੀ ਚਾ ਲੋਕਿਆ ਵੰਸ਼ ਨਾਲ ਉਪਾਦੀ ਕਿਹੜੀ ਧਾਰਨ ਕੀਤੀ ਪਰਮੇਸ਼ਵਰ ਦੀ ਫਿਰ ਕੀ ਹੁੰਦਾ ਜੀ ਗੰਜਮ ਦੀ ਜਿੱਤ ਹੈ ਜਿਹੜੀ ਉਹ ਹਰਸ਼ਵਰਧਨ ਦੀ ਆਖਰੀ ਜਿੱਤ ਹੁੰਦੀ ਹੈ ਗੰਜਮੇ ਇਲਾਕੇ ਤੇ ਜਦੋਂ ਇਹ ਅਟੈਕ ਕਰਦਾ ਤਾਂ ਉਹ ਉਸ ਦੀ ਆਖਰੀ ਜਿੱਤ ਹੁੰਦੀ ਹੈ ਜਿਹੜੀ ਜਿਹੜੀ ਕਿ ਰਾਜਧਾਨੀ ਕਨੌਜ ਹੈ ਕਨੌਜ ਹੈ ਦੀ ਰਾਜਧਾਨੀ ਬਾਨਪਟ ਬਾਨਪਟ ਉਸ ਦੇ ਸਮੇ ਉਸ ਦਾ ਦਰਬਾਰੀ ਇੱਕ ਲੇਖਕ ਹੈ ਜਿਹੜਾ ਕਿ ਹਰਸ਼ਚరిత్ర ਦੀ ਰਚਨਾ ਕਰਦਾ ਹੈ ਹਰਸ਼ਚరిత్ర ਦੀ ਰਚਨਾ ਕਰਦਾ ਸਾਡੇ ਕੋਲੇ ਆਪਣਾ ਜਿਹੜਾ ਪ੍ਰਾਤਮਿਕ ਸੋਰਸ ਹੈ ਇਹ ਉਸ ਟਾਈਮ ਦਾ ਹਰਸ਼ਚరిత్ర ਪ੍ਰਧਾਨ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ ਇਸ ਟਾਈਮ ਤੇ ਦੀ ਪ੍ਰਸ਼ਾਸਨਿਕ ਵਿਵਸਥਾ ਆ ਗਈ ਪ੍ਰਧਾਨ ਮੰਤਰੀ ਨੂੰ ਜਿਹੜਾ ਹੈਗਾ ਭੰਡੀ ਅਵੰਤੀ ਹੈ ਜਿਹੜਾ ਉਹ ਯੁੱਧ ਤੇ ਵਿਦੇਸ਼ ਮੰਤਰੀ ਹੈ ਸਿੰਘ ਨਾਦ ਹੈ ਜਿਹੜਾ ਉਹ ਸੈਨਿਕ ਮੰਤਰੀ ਹੈ ਪ੍ਰਾਂਤ ਨੂੰ ਭੁਗਤੀ ਕਿਹਾ ਜਾਂਦਾ ਹੈ ਪ੍ਰਾਂਤਕ ਸੂਬੇਦਾਰ ਨੂੰ ਉਪਾਰਕ ਕਿਹਾ ਜਾਂਦਾ ਹੈ ਜ਼ਿਲ੍ਹਾ ਜਿਹੜਾ ਉਹ ਵਿਸ਼ ਵਿਸ਼ ਸ਼ਬਦ ਵਰਤਿਆ ਜਾਂਦਾ ਜ਼ਿਲ੍ਹੇ ਦੇ ਲਈ ਇਹ ਮੋਸਟਲੀ ਸਾਰਿਆਂ ਦੇ ਵਿੱਚ ਸੇਮ ਹੀ ਹੈ ਅੱਗੇ ਹੈਗਾ ਜੀ ਪ੍ਰਧਾਨ ਆ ਜਿਹੜਾ ਜ਼ਿਲ੍ਹੇ ਦਾ ਮੁਖੀ ਹੈ ਜਿਵੇਂ ਹੁਣ ਜ਼ਿਲ੍ਹੇ ਦਾ ਜਿਹੜਾ ਮੁਖੀ ਹੁੰਦਾ ਉਹ ਡੀਸੀ ਹੁੰਦਾ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਤਾਂ ਉਦੋਂ ਦੇ ਟਾਈਮ ਤੇ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਦੇ ਤੌਰ ਤੇ ਜਿਹੜਾ ਪ੍ਰਧਾਨ ਆ ਉਹ ਵਿਸ਼ਪਤੀ ਹੈ ਜ਼ਿਲ੍ਹੇ ਨੂੰ ਕੀ ਕਿਹਾ ਜਾਂਦਾ ਵਿਸ਼ ਪਿੰਡ ਦਾ ਮੁਖੀ ਹੈ ਜਿਹੜਾ ਉਹ ਗ੍ਰਾਮਿਕ ਹੈ ਅੱਗੇ ਹੈਗਾ ਜੀ ਅਧੀਨਤਾ ਸਬਕਾਰ ਕਰਨ ਵਾਲੇ ਸ਼ਾਸਕਾਂ ਦੇ ਟੈਕਸ ਨੂੰ ਮਹਾਸੰਮਤ ਜਾਂ ਸੰਮਤ ਕਿਹਾ ਜਾਂਦਾ ਹੁਣ ਜਿਹੜੇ ਸ਼ਾਸਕ ਕਹਿੰਦੇ ਵੀ ਰਾਜਾ ਸਾਨੂੰ ਹੀ ਰਹਿਣ ਦੇ ਪਰ ਅਸੀਂ ਤੈਨੂੰ ਆਪਦਾ ਆਪਦਾ ਇੱਕ ਮੁਖੀ ਮੰਨਦੇ ਆ ਜਿਹੜੇ ਇਹ ਚੀਜ਼ ਨੂੰ ਸਬਕਾਰ ਕਰ ਲੈਂਦੇ ਆ ਅਧੀਨਤਾ ਨੂੰ ਸਬਕਾਰ ਕਰ ਲੈਂਦੇ ਆ ਤਾਂ ਉਹਨਾਂ ਤੋਂ ਜਿਹੜਾ ਟੈਕਸ ਲਿਆ ਜਾਂਦਾ ਸੀ ਉਹਨੂੰ ਕਹਿੰਦੇ ਆ ਮਹਾਸੰਮਤ ਜਾਂ ਸੰਮਤ ਇਹ ਚੀਜ਼ ਧਿਆਨ ਚ ਰੱਖਿਓ ਹਰਸ਼ਵਰਧਨ ਦੀਆਂ ਰਚਨਾਵਾਂ ਖੁਦ ਦੀਆਂ ਰਚਨਾਵਾਂ ਵੀ ਸਾਨੂੰ ਮਿਲਦੀਆਂ ਕੁਝ ਇਤਿਹਾਸਕਾਰ ਕਹਿੰਦੇ ਵੀ ਇਹ ਉਹਨੇ ਕਿਸੇ ਤਲਹਵਾਈਆਂ ਸੀ ਪਰ ਮੋਸਟਲੀ ਜ਼ਿਆਦਾਤਰ ਜਿਹੜੀ ਇਹ ਪ੍ਰਮਾਣ ਲਗਦਾ ਹੈ ਕਿ ਹਰਸ਼ਵਰਧਨ ਦੀਆਂ ਜਿਹੜੀਆਂ ਰਚਨਾਵਾਂ ਸੀ ਰਤਨਾਵਲੀ ਪ੍ਰੀਯਦਰਸ਼ਕਾ ਤੇ ਨਾਗਾਨੰਦ ਇਹ ਉਹਦੀਆਂ ਰਚਨਾਵਾਂ ਸੀਗੀਆਂ ਕਿਹੜੀਆਂ-ਕਿਹੜੀਆਂ ਰਤਨਾਵਲੀ ਪ੍ਰੀਯਦਰਸ਼ਕਾ ਤੇ ਨਾਗਾਨੰਦ ਇਹਨਾਂ ਨੂੰ ਯਾਦ ਰੱਖਿਓ ਕਿਈ ਵਾਰੇ ਇੱਕ ਰਚਨਾ ਦਾ ਨਾਮ ਪੁੱਛ ਕਿ ਉਹਦੇ ਲੇਖਕ ਦਾ ਨਾਮ ਪੁੱਛਦੇ ਤਾਂ ਉਹ ਹੈਗਾ ਹਰਸ਼ਵਰਧਨ ਜੈਦੇਵ ਨੇ ਇਸ ਟਾਈਮ ਤੇ ਲਿਖੀ ਹੈ ਜੀ ਗੀਤ ਗੋਵਿੰਦ ਬਹੁਤ ਹੀ ਮੋਸਟਲੀ ਮੋਸਟ ਇੰਪੋਰਟੈਂਟ ਕਿਤਾਬ ਹੈ ਜਿਹੜੀ ਕਿ ਸਾਨੂੰ ਉਸ ਟਾਈਮ ਦੇ ਨਾਲ ਜੋੜਦੀ ਹੈ ਉਸ ਟਾਈਮ ਦਾ ਜਿਹੜਾ ਹੈਗਾ ਇਤਿਹਾਸਕ ਤੇ ਸਮਾਜਿਕ ਹਾਲਾਤਾਂ ਦੇ ਬਾਰੇ ਜਾਣਕਾਰੀ ਦਿੰਦੀ ਹੈ ਜੈਦੇਵ ਦੀ ਰਚਨਾ ਗੀਤ ਗੋਵਿੰਦ ਹੈ ਹਰਸ਼ ਦੀ ਕਾਲੀਦਾਸ ਨਾਲ ਤੁਲਨਾ ਕੀਤੀ ਉਹਨੇ ਵੀ ਕਾਲੀਦਾਸ ਵਾਂਗ ਮਹਾਨ ਕਵੀ ਸੀ ਹਰਸ਼ਵਰਧਨ ਨੂੰ ਅੱਗੇ ਹੈਗਾ ਜੀ ਬਾਣਪਟ ਨੇ ਹਰਸ਼ ਚਰੇ ਤੇ ਕਦੰਬਰੀ ਹਰਸ਼ ਦਾ ਦਰਬਾਰੀ ਕਵੀ ਸੀ ਆਪਾਂ ਪਹਿਲਾਂ ਕਰ ਹਟਿਆ ਇਹ ਠੀਕ ਹੈ ਇਹਦੀ ਦੂਜੀ ਰਚਨਾ ਕਦੰਬਰੀ ਹੈ ਪਹਿਲੀ ਹਰਸ਼ ਚਰੇਤਾ ਇਹ ਹੋਲ ਸ਼ਿਲਾਲੇਖ ਹੈ ਜਿਹੜਾ ਉਹਦੀ ਰਚਨਾ ਕੀਰਤੀ ਬਰਮਣ ਨੇ ਕੀਤੀ ਹੈ ਕੀਰਤੀ ਬਰਮਣ ਹੈ ਇੱਕ ਉਸਨੇ ਇਹ ਹੋਲ ਸ਼ਿਲਾਲੇਖ ਲਿਖਿਆ ਹਰਸ਼ ਜਿਹੜਾ ਹੈਗਾ ਆਮਦਨ ਦਾ 1/4 ਹਿੱਸਾ ਵਿਦਵਾਨਾਂ ਤੇ ਖਰਚ ਕਰਦਾ ਸੀ ਜਿੰਨੀ ਵੀ ਉਹਦੇ ਸਟੇਟ ਦੀ ਆਮਦਨ ਸੀ ਉਹਦਾ 1/4 ਹਿੱਸਾ ਜਿਹੜਾ ਹੈਗਾ ਉਹ ਵਿਦਵਾਨਾਂ ਨੂੰ ਖਰਚਦਾ ਸੀ ਵਿਦਵਾਨਾਂ ਤੇ ਖਰਚ ਕਰਦਾ ਸੀ ਤਾਂ ਕਿ ਜਿਹੜੇ ਹੈਗੇ ਉਹ ਸਾਹਿਤ ਨੂੰ ਲਿਖਦੇ ਰਹਿਣ ਸਾਹਿਤਕ ਰਚਨਾਵਾਂ ਕਰਦੇ ਰਹਿਣ ਅੱਗੇ ਹੈਗਾ ਜੀ ਜਿਹੜਾ ਜੈਸੀਨ ਹੈ ਯੋਗ ਵੇਦ ਜੋਤਸ ਭਗੋਲ ਗਣਿਤ ਚਿਕੈਸਾ ਵਿੱਚ નિਪੁੰਨ ਸੀ નિਪੁੰਨ ਸਨ ਜੈਸੀਨ ਹੈ ਜਿਹੜੇ ਉਹ ਯੋਗ ਜੈਸੀਨ ਨਾਂ ਦੇ ਵਿਅਕਤੀ ਹੈ ਜਿਹੜਾ ਉਹ ਯੋਗ ਵੇਦ ਜੋਤਿਸ਼ ਭੂਗੋਲ ਗਣਿਤ ਚਿਕਿਸ਼ਤਾ ਵਿੱਚ નિਪੁੰਨਤਾ ਸੀ ਉਸ ਨੂੰ ਅੱਗੇ ਆਜੋ ਜੀ ਦਿਵਾਕਰ ਤੇ ਭਰਤ ਹਰੀ ਹੈ ਜਿਹੜੇ ਦਿਵਾਕਰ ਤੇ ਭਰਤੀ ਹਰੀ ਹੈ ਉਹ ਹੋਰ ਪ੍ਰਸਿੱਧ ਵਿਦਵਾਨ ਸੀ ਹਰਸ਼ ਦੇ ਹੋਰ ਪ੍ਰਸਿੱਧ ਵਿਦਵਾਨ ਕਿਹੜੇ ਸੀ ਦਿਵਾਕਰ ਤੇ ਭਰਤੀ ਹਰੀ ਹਰਸ਼ ਨੇ ਬੁੱਧ ਧਰਮ ਅਪਣਾਇਆ ਬੁੱਧ ਧਰਮ ਨੂੰ ਨੇ ਗ੍ਰਹਿਣ ਕੀਤਾ ਦਿਵਾਕਰ ਦੇ ਪ੍ਰਭਾਵ ਰਹਿਤ ਹੀਨ ਜਾਨ ਸ਼ਾਖਾ ਦਾ ਅਨਿਆਈ ਬਣਿਆ ਠੀਕ ਹੈ ਜੀ ਕਿਹੜਾ ਧਰਮ ਦਾ ਅਨਿਆਈ ਸੀਗਾ ਜਾਂ ਕਿਹੜਾ ਧਰਮ ਅਪਣਾਇਆ ਤਾਂ ਬੁੱਧ ਧਰਮ ਹਰਸ਼ਵਰਧਨ ਦਾ ਤੇ ਕਿਸ ਦੇ ਪ੍ਰਭਾਵ ਵੇਠ ਹੋ ਜਿਹੜਾ ਹੈਗਾ ਬੁੱਧ ਧਰਮ ਅਪਣਾਉਂਦਾ ਦਿਵਾਕਰ ਹੈ ਤੇ ਕਿਹੜੀ ਸ਼ਾਖਾ ਦਾ ਅਨਿਆਈ ਬਣਦਾ ਕਿਹੜੀ ਸ਼ਾਖਾ ਦੇ ਨਾਲ ਜੁੜਦਾ ਹੈ ਹੀਨ ਜਾਨ ਦੇ ਨਾਲ ਠੀਕ ਹੈ ਅੱਗੇ ਹੈਗਾ ਜੀ ਹਿਉਨਸਾਂਗ ਜਿਹੜਾ ਹੈਗਾ ਹਰਸ਼ ਦੇ ਸਮੇਂ ਭਾਰਤ ਆਉਣ ਵਾਲਾ ਚੀਨੀ ਯਾਤਰੀ ਸੀ ਜਿਹਦੇ ਪ੍ਰਭਾਵ ਪ੍ਰਭਾਵ ਵੇਟ ਉਸਨੇ ਫਿਰ ਮਹਾਜਾਨ శాఖਾ ਨੂੰ ਅਪਣਾ ਲਿਆ ਹਿਉਨਸਾਂਗ ਜਦੋਂ ਭਾਰਤ ਆਉਂਦਾ ਹਰਸ਼ ਦੇ ਟਾਈਮ ਤੇ ਤਾਂ ਉਸ ਤੋਂ ਜਿਹੜਾ ਹੈਗਾ ਉਹ ਪ੍ਰਭਾਵਿਤ ਹੋ ਕੇ ਜਿਹੜਾ ਮਹਾਜਾਨ శాఖਾ ਨੂੰ ਅਪਣਾਉਂਦਾ ਹੈ ਬੁੱਧ ਧਰਮ ਦੀ శాఖਾ ਜੇ ਕਿਸੇ ਨੂੰ ਹੀਨਯਾਨ ਜਾਂ ਮਹਾਜਾਨ ਦੇ ਵਿੱਚ ਕਨਫਿਊਜ਼ ਆ ਬੱਚੇ ਨੂੰ ਤਾਂ ਉਹ ਪਲੇਲਿਸਟ ਦੇ ਵਿੱਚ ਜਾ ਕੇ ਜਿਹੜੀ ਹੈਗੀ ਬੁੱਧ ਧਰਮ ਦੀ ਜਿਹੜੀ ਹੈਗੀ ਵੀਡੀਓ ਚੈਨਲ ਲਿਸਟ ਦੇ ਵਿੱਚ ਜਾ ਕੇ ਉਹਨੂੰ ਦੇਖ ਸਕਦਾ ਹੈ ਉਸ ਤੋਂ ਹੀ ਦੋਨੇ ਟਾਪਿਕ ਉਹਦੇ ਕਲੀਅਰ ਹੋ ਜਾਣਗੇ ਅੱਗੇ ਹੈਗਾ ਜੀ ਕਨੋਜ਼ ਹੈ ਜਿਹੜਾ ਕਨੋਜ਼ ਸਮੇਲਨ ਹੈ ਇਹ ਮਹਾਯਾਨ ਮੱਤ ਦਾ ਪ੍ਰਚਾਰ ਕਰਦਾ ਹੈ ਕਨੋਜ਼ ਦੇ ਵਿੱਚ ਸਮੇਲਨ ਹੁੰਦਾ ਹੈ ਜਿਹੜੀ ਬੋਧੀ ਸਭਾ ਹੁੰਦੀ ਹੈ ਜਿਦੇ ਵਿੱਚ ਕੀ ਹੈ ਮਹਾਯਾਨ ਮੱਤ ਦਾ ਪ੍ਰਚਾਰ ਹੁੰਦਾ ਹੈ ਹਿਉਨਸਾਂਗ ਇਸ ਸਮੇਲਨ ਦਾ ਪ੍ਰਧਾਨ ਹੁੰਦਾ ਹੈ ਹਿਉਨਸਾਂਗ ਕੀ ਹੈ ਜੀ ਇਸ ਸਮੇਲਨ ਦੇ ਵਿੱਚ ਪ੍ਰਧਾਨਗੀ ਕਰਦਾ ਉਹ ਇਸ ਸਮੇਲਨ ਦਾ ਪ੍ਰਧਾਨ ਅੱਗੇ ਹੈਗਾ ਜੀ ਜਦੋਂ ਇਹ ਸਵਾ 23 ਦਿਨ ਚੱਲੀ ਜਦੋਂ ਇਹ ਸਵਾ 23 ਦਿਨ ਚੱਲਦੀ ਹੈ ਤਾਂ ਇਸ ਸਵਾਦਾਨ ਬ੍ਰਾਹਮਣਾ ਨੇ ਕੀ ਕੀਤਾ ਹਰਸ਼ ਨੂੰ ਅੱਗ ਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਦੇ ਵਿੱਚ ਉਹ ਅਸਫਲ ਹੁੰਦੇ ਆ ਕਿ ਸਭ ਤੋਂ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਇਹ ਹਿੰਦੂ ਧਰਮ ਦੇ ਲਈ ਖਤਰਾ ਹੈ ਜਾਂ ਹਿੰਦੂ ਧਰਮ ਨੂੰ ਡੈਮੇਜ ਕਰ ਸਕਦੀਆਂ ਇਹਦੀਆਂ ਇਹੋ ਜਿਹੀਆਂ ਕਾਰਵਾਈਆਂ ਤਾਂ ਉਹਨੂੰ ਅੱਗ ਲਾ ਕੇ ਬਚਾਉਣ ਦੀ ਕੋਸ਼ਿਸ਼ ਕਰਦੇ ਜਿਦੇ ਵਿੱਚ ਉਹਨਾਂ ਨੂੰ ਅਸਫਲਤਾ ਹਾਸਲ ਹੁੰਦੀ ਹੈ ਇਸ ਤੋਂ ਬਾਅਦ ਕੀ ਹੁੰਦਾ ਫਿਰ ਪ੍ਰਿਆਗ ਦੇ ਵਿੱਚ ਸਮੇਲਨ ਹੁੰਦਾ ਜਿਹਦੇ ਵਿੱਚ ਹਰ ਪੰਜਵੇਂ ਸਾਲ ਇਹ ਸਮੇਲਨ ਕਰਵਾਉਂਦਾ ਹੁੰਦਾ ਤਾਂ ਉਸ ਟਾਈਮ ਤੇ 643 ਈਸਵੀ ਦੇ ਵਿੱਚ ਵੀ ਇਹ ਜਿਹੜਾ ਸਮੇਲਨ ਹੁੰਦਾ ਜਿਹਦੇ ਵਿੱਚ ਹਿਊਨ ਸੰਗ ਹੈ ਜਿਹੜਾ ਉਹ ਭਾਗ ਲੈਂਦਾ ਹਿਊਨ ਸੰਗ ਦੀ ਜਿਹੜੀ ਜਿਹੜੀ ਰਚਨਾ ਉਹਦੇ ਵਿੱਚ ਸਾਨੂੰ ਇਹ ਲੇਖ ਮਿਲਦਾ ਹੈ ਕਿ ਉਹ ਇਸ ਸਮੇਲਨ ਦੇ ਵਿੱਚ ਭਾਗ ਲੈਂਦਾ ਤੇ ਜਿਹੜਾ ਆਪਣਾ ਹੈਗਾ ਹਰਸ਼ਵਰਧਨ ਉਹ ਸਭ ਤੋਂ ਇੱਥੇ ਜਿਹੜਾ ਇਤਿਹਾਸ 'ਚ ਕਦੇ ਨਹੀਂ ਹੁੰਦਾ ਹੁੰਦਾ ਉਹ ਇਹ ਕਰਦਾ ਹੈ ਕਿ ਉਹ ਸਾਰਾ ਰਾਜ ਸੀਤਾਣਾ ਜਿਹੜਾ ਲੋਕਾਂ ਦੇ ਵਿੱਚ ਵੰਡ ਦਿੰਦਾ ਹੈ ਜਦੋਂ ਲੋਕਾਂ ਦੇ ਵਿੱਚ ਵੰਡਦਾ ਇੱਥੋਂ ਤੱਕ ਕਿ ਉਹ ਆਪਦੀ ਰਚਨਾ ਦੇ ਵਿੱਚ ਲਿਖਦਾ ਸੀ ਹੁਣ ਸੰਗ ਕਿਉਂ ਨੇ ਆਪਣੇ ਕੱਪੜੇ ਵੀ ਦਾਨ ਕੀਤੇ ਤੇ ਆਪਦੀ ਭੈਣ ਰਾਜਸ਼ਰੀ ਤੋਂ ਜਿਹੜੇ ਹੈਗਾ ਪੁਰਾਣੇ ਕੱਪੜੇ ਪਹਿਨ ਕੇ ਜਿਹੜਾ ਹੈਗਾ ਦਰਬਾਰ ਦੇ ਵਿੱਚ ਗਿਆ ਅੱਗੇ ਹੈਗਾ ਜੀ ਹਰਸ਼ਵਰਧਨ ਦੀ ਮੌਤ ਆ ਜਿਹੜੀ 647 ਈਸਵੀ ਦੇ ਵਿੱਚ ਹੁੰਦੀ ਹੈ ਤੇ ਇਹ ਪ੍ਰਾਚੀਨ ਭਾਰਤ ਦਾ ਆਖਰੀ Hindu ਸਮਰਾਟ ਸੀ ਇਸ ਤੋਂ ਬਾਅਦ ਜਿਹੜਾ ਹੈਗਾ ਭਾਰਤ ਦੇ ਵਿੱਚ ਕਈ ਛੋਟੇ-ਛੋਟੇ ਰਾਜ ਬਣਦੇ ਆ ਫਿਰ ਭਾਰਤ ਰਾਜਾਂ ਦੇ ਵਿੱਚ ਵੰਡਿਆ ਜਾਂਦਾ ਸਟੇਟਸ ਦੇ ਵਿੱਚ ਵੰਡਿਆ ਜਾਂਦਾ ਹੈ ਇਹ ਭਾਰਤ ਦਾ ਆਖਰੀ ਹਿੰਦੂ ਸਮਰਾਟ ਸੀ ਉਸ ਤੋਂ ਬਾਅਦ ਜਿਹੜੇ ਵਿਦੇਸ਼ੀ ਜਿਹੜੇ ਹੈਗੇ ਹਮਲਾਵਰ ਉਹ ਭਾਰਤ ਦੇ ਵਿੱਚ ਆਉਂਦੇ ਆ ਜਿਵੇਂ ਕਿ ਗਜਨਵੀ ਹੈ ਠੀਕ ਹੈ ਜੀ ਗੋਰੀ ਹੈ ਇਹ ਵੰਸ਼ਾ ਜਿਹੜੇ ਅਫਗਾਨੀ ਤੇ ਤੁਰਕੀ ਉਹਨਾਂ ਦੇ ਹਮਲੇ ਹੁੰਦੇ ਆ ਹੂਨਾ ਦੇ ਹਮਲੇ ਹੋਈ ਜਾਂਦੇ ਆ ਤਾਂ ਕਰਕੇ ਜਿਹੜਾ ਹੈਗਾ ਭਾਰਤ ਉਹਦੀ ਰਾਜਨੀਤਿਕ ਕਿਸਟਾ ਜਿਹੜੀ ਆਉਣ ਵਾਲੇ ਟਾਈਮ 'ਚ ਜਿਹੜਾ ਹੈਗਾ ਹੋਰ ਸ਼ਾਸਕਾਂ ਦੇ ਹੱਥ ਚਲੀ ਜਾਂਦੀ ਹੈ ਸਭ ਤੋਂ ਜਿਹੜਾ ਹੈਗਾ ਆਖਰੀ ਸਮਰਾਟ ਸੀਗਾ ਹਰਸ਼ਵਰਧਨ ਠੀਕ ਹੈ ਜੀ ਇਹ ਆਪਣਾ ਲੈਸਨ ਸੀ ਸੋ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗੀਆਂ ਇਹ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਤੁਸੀਂ ਦੱਸ ਸਕਦੇ ਹੋ ਤੇ ਸਾਡਾ ਚੈਨਲ ਹੈ ਜਿਹੜਾ ਉਸ ਨੂੰ ਸਬਸਕ੍ਰਾਈਬ ਕਰੋ ਨੋਟਸਾਂ ਦੀ ਪ੍ਰਾਪਤੀ ਦੇ ਲਈ ਟੈਲੀਗ੍ਰam ਲਿੰਕ ਜੁਆਇਨ ਕਰੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ